ਹੁਣ ਕਣਕ ਦੇ ਵਿੱਚ ਯੂਰੀਆ ਕਿੰਨੇ ਦਿਨਾਂ ਵਿੱਚ ਪੂਰੀ ਕਰੀਏ ਤਾਂ ਕਿ ਸਾਡਾ ਬੰਪਰ ਝੜ ਆਵੇ ਨਾਲੇ ਕਣਕਾਂ ਨਾ ਡਿੱਗੇ ਕਹਿੰਦੇ ਬਾਲੀ ਯੂਰੀਆ ਪਾਉਣ ਨਾਲ ਕਣਕ ਵੀ ਡਿੱਗ ਪੈਂਦੀ ਆ ਲੇਟ ਤੱਕ ਯੂਰੀਆ ਪਾ ਗਏ ਤਾਂ ਵੀ ਕਣਕ ਡਿੱਗ ਪੈਂਦੀ ਆ ਸਹੀ ਸਮਾਂ ਕੀ ਆ ਤਾਂ ਆਪਣੇ ਕਿਸਾਨ ਵੀਰ ਪਤਾ ਕੀ ਕਰਦੇ ਆ ਆਪਣੇ ਕਿਸਾਨ ਵੀਰ ਜੇਕਰ ਪਹਿਲਾਂ ਬਣੀ ਲਾਉਣ ਤੋਂ ਪਹਿਲਾਂ ਬਣੀ ਲਾਉਣ ਤੋਂ ਪਹਿਲਾਂ ਯੂਰੀਆ ਫਿਰ ਯੂਰੀਆ ਪਾ ਕੇ ਦੂਜਾ ਪਾਣੀ ਇੱਥੋਂ ਤੱਕ ਕਿ ਕਈ ਕਿਸਾਨ ਵੀਰਤਾ ਯੂਰੀਆ ਪਾ ਕੇ ਤੀਜਾ ਪਾਣੀ ਲਾਉਂਦੇ ਆ ਬਸ ਇੱਕੋ ਹੀ ਫਾਰਮੂਲਾ ਆਪਣੇ ਕਿਸਾਨ ਵੀਰਾਂ ਕੋ ਲਈ ਬਸ ਪਾਣੀ ਲਾਉਣ ਤੋਂ ਪਹਿਲਾਂ ਯੂਰੀਆ ਪਾਉਣੀ ਆ ਚਾਹੇ ਤਿੰਨ ਲਾਦਿਆ ਚਾਹੇ ਚਾਰ ਤਾਂ ਦੋਸਤੋ ਇਹ ਫਾਰਮੂਲਾ ਗਲਤ ਆ ਕਈ ਕਿਸਾਨ ਵੀਰਤਾ ਦੂਜੇ ਪਾਣੀ ਦੀ ਯੂਰੀਆ ਖਤਮ ਕਰੰਦੇ ਆ ਜਾਂ ਦੂਜੇ ਪਾਣੀ ਲਾ ਕੇ ਨਾ ਉੱਪਰ ਵੀ ਯੂਰੀਆ ਪਾਉਂਦੇ ਆ ਤਾਂ ਦੋਸਤੋ ਹੁਣ ਸਹੀ ਤਰੀਕਾ ਕਿਹੜਾ ਵੈਸੇ ਦੋਸਤੋ ਕੋਈ ਵੀ ਫਸਲਾ ਜੇਕਰ ਆਪਾਂ ਸਹੀ ਸਮੇਂ ਤੇ ਸਹੀ ਖਾਦ ਪਾਗੇ ਨਾ ਤਾਂ ਝਾੜ ਬੰਪਰ ਆਉਗਈ ਆਊਗਾ ਖਾਸ ਕਰਕੇ ਯੂਰੀਆ ਯੂਰੀਆ ਜੇਕਰ ਆਪਾਂ ਸਹੀ ਸਮੇਂ ਤੇ ਪਾਤੀ ਉਪਰੋ ਸਹੀ ਸਮੇਂ 'ਤੇ ਖਤਮ ਕਰਤੀ ਵੀ ਉਦੋਂ ਅੱਗੇ ਪਾ ਯੂਰੀ ਨਹੀਂ ਲੱਕੀ ਯਾਨੀ ਨਾ ਨਾ ਤਾਂ ਆਪਣਾ 101% ਝਾੜ ਵਧੂਗਾ ਤਾਂ ਕਣਕ ਦੇ ਵਿੱਚ ਆਪਾਂ ਕੀ ਕਰਨਾ ਕਣਕ ਦੇ ਵਿੱਚ ਪਹਿਲਾਂ ਤੁਸੀਂ ਆਪਣੀ ਵੈਰਾਈਟੀ ਦੇਖਣੀ ਆ ਜੇਕਰ ਤੁਹਾਡੇ ਅਗੇਤੀ ਵੈਰਾਈਟੀ ਆ ਤਾਂ ਉਸ ਦੀ ਯੂਰੀ ਆ 55 60 ਦਿਨਾਂ ਵਿੱਚ ਪੂਰੀ ਕਰ ਦਿਓ ਹਾਂ ਇਹ ਨਹੀਂ ਵੀ 55 60 ਦਿਨਾਂ ਵਿੱਚ ਲੀਕ ਹੀ ਗਈ ਬਸ ਇਦੋਂ ਇੱਕ ਦਿਨ ਉੱਤੇ ਨਹੀਂ ਜਾਣਾ ਚਾਹੀਦਾ 2 4 ਦਿਨ ਉੱਤੇ ਹੋ ਜਾਂਦੇ ਤਾਂ ਵੀ ਕੋਈ ਚੱਕਰ ਨਹੀਂ 2-4 ਦਿਨ ਜੇਕਰ ਘੱਟ ਰਹਿ ਗਏ ਪਹਿਲਾਂ ਯੂਰੀਆ ਪੂਰੀ ਕਰਤੀ ਤਾਂ ਵੀ ਕੋਈ ਚੱਕਰ ਨਹੀਂ ਇੰਨਾ ਕੁ ਉੱਤੇ ਥੱਲੇ ਹੁੰਦਾ ਰਹਿੰਦਾਗਾ ਜੇਕਰ ਤੁਸੀਂ ਪਛੇਤੀ ਵੈਰੈਟੀ ਲਗਾ ਰੱਖੀ ਆ ਤਾਂ ਉਹਦੇ ਵਿੱਚ ਯੂਰੀਆ ਪੂਰੀ ਕਰਨੀ ਤਾਂ ਕਿਰਪਾ ਕਰਕੇ 50 ਦਿਨਾਂ ਦੇ ਵਿੱਚ ਖਤਮ ਕਰ ਦਿਓ ਇਸ ਦਾ ਵੱਡਾ ਕਾਰਨ ਪਤਾ ਕੀ ਆ ਉਹ ਇੱਕੋ ਹੀ ਆ ਫਟਾਰਾ ਹੁਣ ਦੋਸਤੋ ਆਪਾਂ ਸਟੇਜ ਦੇਖਣੀ ਆ ਆਪਾਂ ਸਾਰੇ ਕਿਸਾਨ ਵੀਰਾਂ ਨੂੰ ਪਤਾ ਖਾਸ ਕਰਕੇ 45 50 ਦਿਨਾਂ ਦੀ ਤਾਂ ਆਪਾਂ ਕੱਖਾਂ ਨਹੀਂ ਸਪਰੀਹੇ ਹੀ ਕਰਦੇ ਆ ਸਾਰੇ ਕਿਸਾਨ ਵੀਰਾਂ ਨੂੰ ਪਤਾ ਵੀ 60 65 ਦਿਨ ਤਾਂ ਆਪਣੀ ਕਣਕ ਜਿਹੜੀ ਕੀਤੀ ਹੈ ਫਟਾਰਾ ਕਰਦੀ ਵੀ ਕਰਦੀ ਆ ਜੇਕਰ ਫਟਾਰੇ ਵਾਲੀ ਸਟੇਜ ਤੇ ਆਪਾਂ ਯੂਰੀਆ ਪਾਵਾਂਗੇ ਤਾਂ ਕਣਕ ਨੇ ਕੀ ਕਰਨਾ ਫਟਾਰਾ ਉਸ ਤੋਂ ਬਾਅਦ ਫਿਰ ਕੀ ਹੁੰਦਾ ਜਦੋਂ 60 65 ਦਿਨ ਤੋਂ ਉੱਪਰ ਆਪਣੀ ਕਣਕ ਹੋ ਜਾਂਦੀ ਹੈ ਤਾਂ ਦੂਜੀ ਸਟੇਜ ਸਟਾਰਟ ਹੋ ਜਾਂਦੀ ਹੈ ਜਿਹਦੇ ਵਿੱਚ ਕਿ ਕਣਕ ਦੀ ਨਾਲੀ ਦੇ ਵਿੱਚ ਇੱਕ ਗੰਡ ਬਣ ਲੱਗ ਜਾਂਦੀ ਹੈ ਤੇ ਨਿੱਕਾ ਜਾਂ ਸੱਟਾ ਬਣਾ ਸ਼ੁਰੂ ਹੋ ਜਾਂਦਾ ਜਿਹਨੂੰ ਆਪਾਂ ਜੋਇੰਟਿੰਗ ਸਟੇਜ ਕਹਿੰਦੇ ਆ ਕਈ ਕਿਸਾਨ ਵੀਰ ਤਾਂ ਨਾਲੇ ਤਾਂ ਗੰਡ ਵੇਖਦੇ ਹੁੰਦੇ ਆ ਵਿੱਚ ਨਿੱਕਾ ਸੱਟਾ ਬਣ ਗਿਆ ਉਹ ਵੀ ਦੇਖ ਲੈਂਦੇ ਆ ਤਾ ਵੀ ਕਟਾ ਚੱਕ ਲੰਗੀ ਯਾਰ ਪਾ ਦੇ ਯੂਰੀਆ ਤਾਂ ਦੋਸਤੋ ਓਵਰ ਇਸ ਸਟੇਜ ਤੇ ਤਾਂ ਆਪਣੀ ਆਪਣੀ ਜਿਹੜੀ ਕਣਕ ਨੇ ਆ ਗ੍ਰੋਥ ਕਰਨੀ ਆ ਉਹਨੇ ਹੁਣ ਪਟਾਰਾ ਨਹੀਂ ਕਰਨਾ ਜਦੋਂ ਹੀ ਆਪਾਂ ਯੂਰੀਆ ਪਾਤੀ ਹੁਣ ਫਟਰਾ ਤੋਂ ਨਹੀਂ ਕਰਨਾ ਨਹੀਂ ਜਿੰਨਾ ਕਰਨਾ ਸੀ ਕਰ ਲਿਆ ਫਿਰ ਉਹਨੇ ਉੱਪਰ ਵੱਲ ਨੂੰ ਵਧਣਾ ਜਿਹਦੇ ਕਰਕੇ ਆਪਣੀ ਕਣਕ ਗ੍ਰੋਥ ਜ਼ਿਆਦਾ ਕਰ ਲੈਂਦੀ ਪੱਤ ਖਨਣਾ ਜ਼ਿਆਦਾ ਹੋ ਜਾਂਦੀ ਹੈ ਦੇਖਣ ਚ ਭਾਰੀ ਵਾਲੀ ਲੱਗਦੀ ਆ ਆਪਣਾ ਕਿਸਾਨ ਇਹ ਨੂੰ ਬੜਾ ਖੁਸ਼ ਹੁੰਦਾ ਤੇ ਜਿਵੇਂ ਆਪਾਂ ਲਾਸਟਲਾ ਆਪਣੇ ਲਾਉਨੇ ਆ ਸਾਰੀ ਸਾਰੀ ਕਣਕ ਡੈਕ ਪੈਂਦੀ ਆ ਮਾੜੀ ਜਿਹੀ ਹਵਾ ਚੱਲੀ ਨਹੀਂ ਪਹਿਲੀ ਵੇਸ਼ੀ ਜਾਂਦੀ ਆ ਤਾਂ ਉਸ ਦਾ ਕੀ ਕਾਰਨ ਹੁੰਦਾ ਲੇਟ ਪਾਈ ਯੂਰੀਆ ਇਸ ਲਈ ਦੋਸਤੋ ਆਪਾਂ ਕਿਸਮ ਦੇਖਣੀ ਆ ਤੇ ਉਸ ਦੇ ਹਿਸਾਬ ਨਾਲ ਹੀ ਆਪਾਂ ਯੂਰੀਆ ਪਾਉਣੀ ਆ